ਮਿਲ ਕੇ ਲੁੱਟਿਆ ਪੈਟਰੋਲ ਪੰਪ। ਪੰਪ ਦੇ ਤਿੰਨ ਮੁਲਾਜ਼ਮ ਹੀ ਨਿਕਲੇ ਲੁੱਟ ਦੇ ਮਾਸਟਰਮਾਈਂਡ। ਆਪਸ ਚ ਸਲਾਹ ਮਸ਼ਵਰਾ ਕਰਕੇ ਬਣਾਈ ਸਾਰੀ ਯੋਜਨਾ। ਬੀਤੇ ਦਿਨ ਪੈਟਰੋਲ ਪੰਪ ਦੇ ਉੱਤੇ ਤਲਵਾਰ ਦਿਖਾ ਕੇ ਪੈਟਰੋਲ ਪੰਪ ਦੇ ਕਰਮਚਾਰੀਆਂ ਕੋਲੋਂ 33,000 ਲੁੱਟਣ ਦੇ ਮਾਮਲੇ 'ਚ ਹੁਣ ਪਟਿਆਲਾ ਪੁਲਿਸ ਦੇ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ 3 ਨੌਜਵਾਨ ਉਸੇ ਪੈਟਰੋਲ ਪੰਪ ਦੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਸਨ, ਜਿਨ੍ਹਾਂ ਨੇ ਆਪਣੇ ਹੀ 2 ਦੋਸਤਾਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ 5ਵਾਂ ਅਜੇ ਵੀ ਫਰਾਰ ਦੱਸਿਆ ਜਾ ਰਿਹਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਰਾਜਪੁਰਾ ਰੋਡ ਤੇ ਮੁਰਾਦਪੁਰ ਵਿਖੇ ਸਵਰਨ ਆਇਲ ਪੈਟਰੋਲ ਪੰਪ ਦੇ ਉੱਤੇ ਲੰਘੀ 4 ਸਤੰਬਰ ਨੂੰ ਰਾਤ ਸਮੇਂ 2 ਨੌਜਵਾਨ ਜੋ ਕਿ ਬਾਈਕ ਤੇ ਆਏ ਸਨ ਤੇ ਉਹਨਾਂ ਦੀ ਬਾਈਕ ਦਾ ਨੰਬਰ ਪਲੇਟ ਵੀ ਨਹੀਂ ਲੱਗਿਆ ਹੋਇਆ ਸੀ, ਉਹਨਾਂ ਨੇ ਕਿਰਪਾਨ ਕੱਢ ਕੇ ਉੱਥੇ ਕੰਮ ਕਰ ਰਹੇ ਕਰਿੰਦੇ ਸਿਮਰਨਜੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਕਮੀਜ਼ ਦੀ ਜੇਬ ਦੇ ਵਿੱਚੋਂ 33,000 ਰੁਪਏ ਖੋ ਕੇ ਫਰਾਰ ਹੋ ਗਏ ਅਤੇ ਇਹ ਸਾਰੀ ਵਾਰਦਾਤ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ, ਜਿਸ ਦੇ ਆਧਾਰ ਤੇ ਪੁਲਿਸ ਨੇ ਜਾਣਕਾਰੀ ਇਕੱਠੀ ਕੀਤੀ ਅਤੇ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਦੋਸ਼ੀਆਂ ਦੀ ਸ਼ਨਾਖਤ ਕੀਤੀ, ਜਿਨ੍ਹਾਂ ਦੇ ਵਿੱਚੋਂ ਮਨਪ੍ਰੀਤ ਸਿੰਘ ਮਨੀ, ਸਿਮਰਨਜੀਤ ਸਿੰਘ ਸਿੰਮੂ, ਗੁਰਦੀਪ ਸਿੰਘ ਕਰਨ ਅਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਹਨਾਂ ਦਾ ਇੱਕ ਸਾਥੀ ਸਾਹਿਬ ਸਿੰਘ ਜੋ ਕਿ ਪਿੰਡ ਪਬਰੀ ਦਾ ਰਹਿਣ ਵਾਲਾ ਹੈ ਉਹ ਫਰਾਰ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇਹ ਦੋਸਤ ਨੇ ਜਿਨ੍ਹਾਂ ਨੇ ਆਪਸ ਦੇ ਵਿੱਚ ਮਿਲ ਕੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ, ਸਿਮਰਨਜੀਤ ਅਤੇ ਸੰਦੀਪ ਪੈਟਰੋਲ ਪੰਪ ਦੇ ਉੱਤੇ ਹੀ ਕੰਮ ਕਰਨ ਵਾਲੇ ਕਰਿੰਦੇ ਨੇ, ਜਿਨ੍ਹਾਂ ਨੇ ਸਲਾਹ ਮਸ਼ਵਰਾ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਤੇ ਇਸ ਲੁੱਟ ਖੋਹ ਦੇ ਵਿੱਚ ਗੁਰਦੀਪ ਸਿੰਘ ਅਤੇ ਸਾਹਿਬ ਸਿੰਘ ਨੂੰ ਸ਼ਾਮਿਲ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਦੋਸਤਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਪਰ ਲਾਲਚ ਦੇ ਵਿੱਚ ਆ ਕੇ ਦੋਵੇਂ ਦੋਸਤਾਂ ਨੇ ਇਸ ਵਾਰਦਾਤ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਫਿਲਹਾਲ ਇਹ ਦੋਸਤ ਹੁਣ ਪੁਲਿਸ ਦੇ ਅੜਿੱਕੇ ਚੜ ਚੁੱਕੇ ਨੇ, ਜਿਨ੍ਹਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਇਸ ਪੈਟਰੋਲ ਪੰਪ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ਼ੂ ਹੈ ਸਦਰ ਪਟਿਆਲੇ ਦਾ, ਉਹਦੇ 'ਚ ਇੱਕ ਪੈਟਰੋਲ ਪੰਪ ਹੈ, ਸਰਵੰਤ ਸਿੰਘ ਆਇਲ ਕੰਪਨੀ ਦਾ ਪੈਟਰੋਲ ਪੰਪ ਹੈ, ਜਿਹਦੇ 'ਤੇ ਲੁੱਟ ਹੋਈ ਸੀ 4/9/24। ਸੋ ਇਹਦੇ ਵਿੱਚ ਇੰਚਾਰਜ CIA DSP ਡੀ ਸਾਹਿਬ, SP ਡੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ 4 ਬੰਦੇ ਅਰੈਸਟ ਕਰ ਲਏ ਗਏ ਨੇ। ਜਿਹੜੇ 2 ਮੇਨ ਅਕਿਊਜ਼ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਹਨਾਂ 'ਚੋਂ ਇੱਕ ਬੰਦਾ ਅਰੈਸਟ ਹੋ ਗਿਆ, ਨਾਲ ਜਿਹੜੇ ਬਾਕੀ 3 ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ, ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਅਤੇ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜੀਕਿਊਟ ਕਰਨ 'ਚ, ਉਹਨਾਂ ਨੂੰ ਵੀ ਨਾਲ ਅਰੈਸਟ ਕਰ ਲਿਆ ਗਿਆ। ਜਿਹੜੇ ਇਹਨਾਂ 'ਚੋਂ 5 ਬੰਦਿਆਂ 'ਚੋਂ 4 ਬੰਦੇ ਜਿਹੜੇ ਅਰੈਸਟ ਹੋਏ ਨੇ, ਇਹਨਾਂ ਦਾ ਰਿਕਾਰਡ ਕਲੀਨ ਹੈ, ਪਹਿਲਾਂ ਕੋਈ ਪਰਚਾ ਨਹੀਂ ਹੈ। ਬਟ ਜਿਹੜਾ ਇੱਕ ਬੰਦਾ ਯੈਟ ਟੂ ਵੀ ਅਰੈਸਟਡ ਹੈ, ਇਹਦੇ 'ਤੇ ਪਹਿਲਾਂ ਇੱਕ ਪਰਚਾ ਹੈਗਾ, ਇਹ ਦੂਜਾ ਪਰਚਾ ਇਹਦੇ 'ਤੇ ਦਰਜ ਹੋਇਆ। ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ, ਇਹ ਤੇਲ ਪਵਾਉਣ ਗਏ ਸੀ ਅਤੇ ਉਸ ਤੋਂ ਬਾਅਦ ਹਥਿਆਰਾਂ ਦੇ ਨਾਲ ਹਮਲਾ ਕਰਤਾ ਸੀ, ਇਹ ਵੀ ਟਰੇਸ ਕਰ ਲਈ ਗਈ ਹੈ। ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ, ਬਿਕੋਜ਼ ਜਿਵੇਂ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਪਬਲਿਕਲੀ ਸੇਫ ਇਨਵਾਇਰਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁੱਢਲੀ ਜ਼ਿੰਮੇਵਾਰੀ ਹੈ, ਸਾਡਾ ਮੁੱਢਲਾ ਕੰਸਰਨ ਹੈ। ਸੋ ਉਸ ਦੀ ਲੜੀ ਵਿੱਚ ਇਹ ਬੰਦੇ ਅਰੈਸਟ ਕੀਤੇ ਗਏ ਨੇ, ਇੱਕ ਪ੍ਰੀਵੈਂਸ਼ਨ ਦੇ ਤੌਰ 'ਤੇ ਅਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟਰੇਸ ਕਰਨ ਦੇ ਤੌਰ 'ਤੇ। ਇਹ ਕਿਸੇ ਵੱਡੇ ਗੈਂਗ ਨਾਲ ਐਸੋਸੀਏਟਿਡ ਨਹੀਂ ਹੈਗੇ,
ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸਿਆ ਪ੍ਰਿੰਸ ਤੇ ਗੋਲੂ, ਇਹ ਆਲਰੇਡੀ ਜੇਲ੍ਹ 'ਚ ਬੰਦ ਨੇ। ਇਹ ਤਫਤੀਸ਼ ਜਾਊਗਾ ਜੀ, ਬਿਕੋਜ਼ ਹਜੇ ਅਰੈਸਟ ਹੋਏ ਨੇ ਸਾਰੇ, ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ। ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਇਹ ਵੈਪਨ ਲੈ ਕੇ ਆਏ ਸੀ, ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ, ਟਾਰਗੇਟ ਕੌਣ ਸੀਗਾ, ਕਿਹੜੀ ਵਾਰਦਾਤ ਕਰਨੀ ਸੀ, ਉਹ ਬਾਅਦ 'ਚ ਕਲੀਅਰ ਹੋ। ਨਹੀਂ ਕੰਮ ਕਰਦਾ, ਇਹ ਵੀ ਹਜੇ ਤਫਤੀਸ਼ ਦਾ ਪਾਰਟ ਹੈ ਕਿ ਕਿੱਥੋਂ ਲੈ ਕੇ ਆਏ, ਕਿੰਨੇ ਦਾ ਲੈ ਕੇ ਆਏ ਹੈ ਅਤੇ ਕਦੋਂ ਲੈ ਕੇ ਆਏ। ਪੜ੍ਹਾਈ ਜੇ ਕੀਤੀ ਹੁੰਦੀ ਫਿਰ ਇਹ ਤਾਂ ਕੰਮ ਕਰਨ ਦੀ ਲੋੜ ਨਹੀਂ ਪੈਣੀ, ਵੈਸੇ ਦਸਵੀਂ 11ਵੀਂ ਕੀਤੀ ਹੋਊਗੀ ਜੀ ਇਹਨਾਂ। ਗੈਂਗ ਵਾਰ ਵੀ ਹੋ ਸਕਦਾ ਸੀ, ਬਿਲਕੁਲ ਹੋ ਸਕਦਾ ਸੀ, ਅਤੇ ਟਾਰਗੇਟ ਕਿਲਿੰਗ ਵੀ ਕੋਈ ਹੋ ਸਕਦੀ ਸੀ ਜਿਹਨੂੰ ਅਵਰਟ ਕੀਤਾ ਹੈ। ਉਹ ਵੀ ਵਿਹਲੇ ਹੀ ਸੀਗੇ, ਸੋ ਤਿੰਨ ਜਿਹੜੇ ਇਹਨਾਂ 'ਚੋਂ ਮੈਂ ਦੱਸਿਆ ਜਿਹਨਾਂ ਨੇ ਐਗਜੀਕਿਊਟ ਕਰਨ 'ਚ ਮਦਦ ਕੀਤੀ ਸੀ, ਉਹ ਪੈਟਰੋਲ ਪੰਪ 'ਤੇ ਕੰਮ ਕਰਦੇ ਸੀ, ਮਤਲਬ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਨਸਾਈਡਰ ਜੋਬ ਸੀਗਾ। ਉਹਨਾਂ ਨੇ ਸਾਰੀ ਇਹਨਾਂ ਨੂੰ ਸੂਹ ਦਿੱਤੀ ਸੀ, ਸਾਰਾ ਕੁਝ ਦੱਸਿਆ ਸੀ ਕਿ ਇੰਨੀ ਸੇਲ ਹੋਈ ਹੈ, ਇੰਨੇ ਪੈਸੇ ਉੱਥੇ ਪਏ ਨੇ। ਸੋ ਜਿਹੜਾ ਦੋ ਬੰਦੇ ਬਾਕੀ ਨੇ ਉਹ ਵਿਹਲੇ ਨੇ, ਇਹ ਪਟਿਆਲੇ 'ਚ ਖੜੇ ਜੀ।